ਉੱਤਰ ਪ੍ਰਦੇਸ਼ ਦੀ ਗੋਰਖਪੁਰ ਅਤੇ ਫੂਲਪੁਰ ਲੋਕ ਸਭਾ ਚੋਣਾਂ ਵਿੱਚ ਹੋਈ ਕਰਾਰੀ ਹਾਰ ਤੋਂ ਬਾਅਦ ਯੂਪੀ ਭਾਜਪਾ ਦੇ ਵਿੱਚ ਜਿਵੇਂ ਭੁਚਾਲ ਜਿਹਾ ਆ ਗਿਆ। ਇੱਕ ਦੂਜੇ ਤੇ ਦੂਸ਼ਣਬਾਜ਼ੀਆਂ ਦਾ ਦੌਰ ਜਾਰੀ ਹੈ। ਖੁੱਲ੍ਹ ਕੇ ਤਾਂ ਭਾਵੇਂ ਕੋਈ ਨਹੀਂ ਕੁਝ ਬੋਲ ਰਿਹਾ, ਪਰ ਪਾਰਟੀ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਥਾਨਕ ਨੇਤਾਵਾਂ ਤੇ ਵਰਕਰਾਂ ਵੱਲੋਂ ਖੂਬ ਪੜਾਸ ਕੱਢੀ ਜਾ ਰਹੀ ਹੈ। ਯੂਪੀ ਵਿੱਚ ਵਟਸਐਪ ਤੇ ਇੱਕ ਗਰੁੱਪ ਮਾਨਨੀਯ ਯੋਗੀ ਜੀ ਸੀਐਮ ਯੂਪੀ ਨਾਮ ਦੇ ਤਹਿਤ ਗਰੁੱਪ ਦੇ ਵਿੱਚ ਇਸ ਕਰਾਰੀ ਹਾਰ ਦੇ ਲਈ ਕਈ ਕਾਰਨ ਸ਼ੇਅਰ ਕੀਤੇ ਜਾ ਰਹੇ ਹਨ। ਇਸ ਗਰੁੱਪ ਵਿੱਚ ਜੇਕਰ ਭਾਜਪਾ ਦੇ ਵਰਕਰਾਂ ਦੇ ਸਭ ਤੋਂ ਨਿਸ਼ਾਨੇ ਤੇ ਜ਼ਿਕਰ ਹਨ ਤਾਂ ਕੋਈ ਹੋਰ ਨਹੀਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਹੀ ਹਨ, ਕਿਉਂਕਿ ਉਹਨਾਂ ਮੁਤਾਬਕ ਉਮੀਦਵਾਰ ਦੀ ਚੋਣ ਸਮੇਂ ਅਮਿਤ ਸ਼ਾਹ ਨੇ ਯੋਗੀ ਦੀ ਇੱਕ ਨਹੀਂ ਸੁਣੀ ਅਤੇ ਟਿਕਟ ਗੋਰਖਨਾਥ ਮੱਠ ਤੋਂ ਬਾਹਰ ਦੇ ਦਿੱਤੀ। ਇੱਕ ਮੈਸੇਜ ਵਿੱਚ ਇੱਥੋਂ ਦਾ ਕਹਿ ਦਿੱਤਾ ਗਿਆ ਕਿ ਭਾਜਪਾ ਭੁੱਲ ਗਈ ਹੈ ਕਿ ਗੋਰਖਪੁਰ ਦੇ ਵਿੱਚ ਯੋਗੀ ਕਰਕੇ ਹੀ ਭਾਜਪਾ ਦਾ ਕੋਈ ਵਜੂਦ ਹੈ ਅਤੇ ਇਸ ਹਾਰ ਤੋਂ ਬਾਅਦ ਭਾਜਪਾ ਨੂੰ ਪਤਾ ਲੱਗ ਗਿਆ ਹੈ ਕਿ ਯੋਗੀ ਕਰਕੇ ਹੀ ਭਾਜਪਾ ਇੱਥੋਂ ਜਿੱਤੀ ਸੀ, ਇਸ ਤੋਂ ਇਲਾਵਾ ਉਸ ਦੇ ਪੱਲੇ ਕੁਝ ਨਹੀਂ ਹੈ। ਇੱਕ ਦੂਸਰੇ ਮੈਸੇਜ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਸੂਬੇ ਵਿੱਚ ਓਬੀਸੀ ਅਤੇ ਦਲਿਤ ਵਰਗ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ, ਬਾਵਜੂਦ ਇਸ ਦੇ ਉਹਨਾਂ ਨੂੰ ਬਣਦਾ ਸਤਿਕਾਰ ਪਾਰਟੀ ਵਿੱਚ ਨਹੀਂ ਦਿੱਤਾ ਜਾਂਦਾ। ਇਸੇ ਕਰਕੇ ਲੋਕਾਂ ਵਿੱਚ ਸੰਕੇਤ ਗਿਆ ਕਿ ਭਾਜਪਾ ਸਰਕਾਰ ਰਾਖਵਾਈ ਕਰਨ ਦੇ ਖਿਲਾਫ ਹੈ ਅਤੇ ਰਾਖਵਾਂਕਰਨ ਖਤਮ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਇੱਕ ਮੈਸੇਜ ਵਿੱਚ ਹਾਰ ਦਾ ਕਾਰਨ ਬ੍ਰਾਹਮਣ ਅਤੇ ਠਾਕਰਾਂ ਵਿਚਕਾਰ ਦਰਾਰ ਨੂੰ ਵੀ ਦੱਸਿਆ ਗਿਆ। ਮੈਸੇਜ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਬ੍ਰਾਹਮਣਾਂ ਅਤੇ ਠਾਕਰਾਂ ਦੇ ਵਿੱਚ ਦਰਾਰ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਬਹੁਤੇ ਬ੍ਰਾਹਮਣ ਭਾਈਚਾਰੇ ਦੇ ਲੋਕ ਸਮਾਜਵਾਦੀ ਪਾਰਟੀ ਦੇ ਹੱਕ ਵਿੱਚ ਹੀ ਪੁੱਗਦੇ ਹਨ। ਭਾਜਪਾ ਦੇ ਇਸ ਗਰੁੱਪ ਵਿੱਚ ਇਹ ਵੀ ਚਰਚਾ ਸੁਣਨ ਨੂੰ ਮਿਲੀ ਕਿ ਸਮਾਜਵਾਦ ਪਾਰਟੀ ਨੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਕਰਕੇ ਦਲਿਤ ਅਤੇ ਪਛੜਿਆਂ ਨੂੰ ਤਾਂ ਪਹਿਲਾਂ ਹੀ ਆਪਣੇ ਨਾਲ ਜੋੜ ਲਿਆ, ਉਤੋਂ ਨਿਸ਼ਾਦ ਪਾਰਟੀ ਅਤੇ ਮੁਸਲਮਾਨਾਂ ਨਾਲ ਸੰਬੰਧਿਤ ਪੀਸ ਪਾਰਟੀ ਦਾ ਵੀ ਸਮਰਥਨ ਹਾਸਲ ਕਰ ਲਿਆ ਅਤੇ ਭਾਜਪਾ ਇਸ ਲਈ ਆਪਣੇ ਆਪ ਨੂੰ ਸਮੇਂ ਸਿਰ ਤਿਆਰ ਨਹੀਂ ਕਰ ਪਾਈ, ਜਿਸ ਕਰਕੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇੱਕ ਮੈਸੇਜ ਵਿੱਚ ਤਾਂ ਆਪਣੀ ਹਾਰ ਦਾ ਦੁੱਖ ਘੱਟ ਕਰਨ ਦੇ ਲਈ ਇਸ ਨੂੰ ਮਹਾਂਭਾਰਤ ਨਾਲ ਜੋੜ ਦਿੱਤਾ ਗਿਆ ਅਤੇ ਯੋਗੀ ਨੂੰ ਅਭਿਮਨਿਊ ਦੱਸਿਆ ਗਿਆ ਅਤੇ ਜਿੱਤਣ ਵਾਲੀਆਂ ਵਿਰੋਧੀ ਪਾਰਟੀਆਂ ਨੂੰ ਕੌਰਵਾਂ ਦਾ ਗੱਠਜੋੜ ਦੱਸਿਆ ਗਿਆ ਅਤੇ ਗਰੁੱਪ ਵਿੱਚ ਈਵੀਐਮ ਲੈ ਕੇ ਵੀ ਚਰਚਾ ਹੋਈ ਅਤੇ ਇੱਕ ਮੈਸੇਜ ਵਿੱਚ ਇਹ ਵੀ ਦੇਖਿਆ ਗਿਆ ਕਿ ਇੱਕ ਵਰਕਰ ਨੇ ਲਿਖਿਆ ਸੀ ਕਿ ਇਸ ਹਾਰ ਤੋਂ ਬਾਅਦ ਹੁਣ ਪਤਾ ਲੱਗ ਗਿਆ ਕਿ ਈਵੀਐਮ ਹੈਕ ਨਹੀਂ ਕੀਤੀ ਜਾ ਸਕਦੀ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।